ਹਾਂਜੀ ਦੋਸਤੋ ਇਕਵਲ ਫਿਰ ਤੋਂ ਹਾਜ਼ਰ ਹਾਂ ਜੀ ਨਵੀਂ ਵੀਡੀਓ ਲੈ ਕੇ ਅ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਡਿਸਟ੍ਰਿਕਟ ਮੁਹੱਲੀ ਦੇ ਵਿੱਚ ਪੈਂਦੀਆਂ ਕੁਝ ਜੋਬਸ ਦੀ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਡਿਸਟ੍ਰਿਕਟ ਮੁਹੱਲੀ ਦੇ ਰਿਗਾਰਡਿੰਗ ਬਹੁਤ ਸਾਰੀਆਂ ਵੀਡੀਓਸ ਆਪਾਂ ਪਹਿਲਾਂ ਵੀ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨਾਂ ਦੀ ਡਿਸਟ੍ਰਿਕਟ ਮੁਹੱਲੀ ਵਾਲੀਆਂ ਜੋਬਸ ਦੀ ਪਲੇਲਿਸਟ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੋਬਸ ਇਨ ਮੁਹੱਲੀ ਤੇ ਉਹ ਪਲੇਲਿਸਟ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਨੇ ਇਹ ਨਾ ਤੁਸੀਂ ਸੋਚਿਆ ਕਰੋ ਕਿ ਜਿਹੜੀਆਂ ਉਹਦੇ ਵਿੱਚ ਜੌਬਸ ਦਿੱਤੀਆਂ ਨੇ ਉਹ ਹੁਣ ਨਹੀਂ ਹੋਣਗੀਆਂ ਹੋ ਸਕਦਾ ਕਿ ਉਸ ਤਰ੍ਹਾਂ ਦੀ ਕੋਈ ਹੋਰ ਜਿਹੜੀਆਂ ਜੌਬਸ ਉਹਦੇ ਵਿੱਚ ਤੁਹਾਡੇ ਲਈ ਅਵੇਲੇਬਲ ਹੋਣ ਤੁਸੀਂ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਨੂੰ ਜਿਹੜਾ ਰੈਜ਼ਿਊਮ ਆਪਣਾ ਜ਼ਰੂਰ ਸੈਂਡ ਕਰਦਿਆ ਕਰੋ ਤੇ ਹੁਣੇ-ਹੁਣੇ ਆਪਾਂ ਇੱਕ ਵੀਡੀਓ ਬਣਾਈ ਹੈ HDFC ਦੇ ਰਿਗਾਰਡਿੰਗ ਉਹ ਵੀ HDFC ਬੈਂਕ ਦੇ ਰਿਗਾਰਡਿੰਗ ਉਹਦੇ ਵਿੱਚ ਬਹੁਤ ਸਾਰੀਆਂ ਜੌਬਸ ਨੇ ਉਹ ਵੀ ਤੁਸੀਂ ਜਿਹੜਾ ਇੱਕ ਵਾਰੀ ਵੀਡੀਓ ਦੇਖ ਸਕਦੇ ਹੋ ਉਹਦੇ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਤੇ ਅੱਜ ਦੀ ਜਿਹੜੀ ਇਹ ਵੀਡੀਓ ਆ ਆਪਾਂ ਇਹ ਲੋਂਗੋਵਾਲ ਗਰੁੱਪ ਆਫ ਕਾਲਜਿਸ ਹੈ ਡੇਰਾ ਬੱਸੀ ਦੇ ਵਿੱਚ ਜਿਹੜਾ ਕਿ ਡਿਸਟ੍ਰਿਕਟ ਮੁਹੱਲੀ ਦੇ ਵਿੱਚ ਪੈਂਦਾ ਉਸ ਕੁਝ ਕੁ ਜੌਬਸ ਅਵੇਲੇਬਲ ਨੇ ਉਹਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ ਪਹਿਲੀ ਜਿਹੜੀ ਐਪਲੀਕੇਸ਼ਨ ਹੈ ਐਮ ਐਸ ਸੀ ਫਿਜ਼ਿਕਸ ਲਈ ਹੈ ਜੀ MSC फिजिक्स दी ए, कैंडिडेट दी ਲੋਡ ਹੈ ਇਹਨਾਂ ਨੂੰ ਐਪਲੀਕੇਸ਼ਨਸ ਉਹਦੇ ਲਈ ਰਿਕੁਆਇਰਡ ਹੈ ਤੇ ਐਮ ਕਾਮਬਲਾ ਕੋਈ ਸਾਥੀ ਜਿਹੜਾ ਇਹਨਾਂ ਨੂੰ ਲੋਡ ਹੈ ਉਸ ਤੋਂ ਇਲਾਵਾ ਅਕਾਊਂਟਸ ਅਸਿਸਟੈਂਟ ਦੇ ਲੋਡ ਹੈ कैंडिडेट ਨੇ ਅਕਾਊਂਟ ਅਸਿਸਟੈਂਟ ਦੇ ਲਈ ਬੀ ਕਾਮ ਕੀਤੀ ਹੋਵੇ ਤੇ ਟੈਲੀ ਦਾ ਐਕਸਪੀਰੀਅੰਸ ਹੋਵੇ ਹੈਵਿੰਗ ਟੈਲੀ ਪੈਕੇਜ ਨੋਲੇਜ ਉਸ ਤੋਂ ਇਲਾਵਾ ਫਿਟਰ ਦੀ ਇਹਨਾਂ ਨੂੰ ਲੋੜ ਹੈ ਇਲੈਕਟ੍ਰੋਨਿਕਸ ਦੀ ਵੀ ਇਲੈਕਟ੍ਰੋਨਿਕਸ ਦੇ ਲਈ ਵੀ ਕੈਂਡੀਡੇਟ ਦੀ ਲੋੜ ਆ ਆਈਟੀਆਈ ਤੇ ਸੀਟੀਆਈ ਜਿਹੜੀ ਉਹ ਕੈਂਡੀਡੇਟ ਦੀ ਹੋਵੇ ਤੇ ਕੰਪਲੀਟ ਬਾਇਓ ਡਾਟਾ ਦੇ ਨਾਲ ਤੁਸੀਂ ਦਿੱਤੀ ਹੋਈ ਈਮੇਲ ਐਡਰੈਸ ਦੇ ਉੱਤੇ ਤੁਸੀਂ ਇਹਨਾਂ ਨੂੰ ਆਪਣਾ ਅਪਡੇਟਡ ਰੈਜ਼ਿਊਮ ਸੈਂਡ ਕਰ ਸਕਦੇ ਹੋ ਜੀ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਹੀ ਅਗਲਾ ਸਕੂਲ ਹੈ ਜੀ ਮੋਂਟੈਸਰੀ ਪਬਲਿਕ ਸਕੂਲ ਖਰੜ ਇਸ ਸਕੂਲ ਦੇ ਲਈ ਪ੍ਰਾਇਮਰੀ ਟੀਚਰਸ ਦੀ ਲੋੜ ਹੈ ਜੀ ਪ੍ਰਾਇਮਰੀ ਕਲਾਸਿਸ ਦੇ ਲਈ ਜਿਨ੍ਹਾਂ ਦਾ ਸਪੋਕਨ ਇੰਗਲਿਸ਼ ਦੇ ਵਿੱਚ ਕਮਾਂਡ ਅੱਛੀ ਹੋਵੇ ਤੇ ਨਾਲ ਹੀ ਕੰਪਿਊਟਰ ਦੀ ਨੋਲਿਜ ਹੋਵੇ ਸਾਰੇ ਹੀ ਕੈਂਡੀਡੇਟ ਜਿਹੜੇ ਪ੍ਰਾਇਮਰੀ ਵਿੰਗ ਦੇ ਲਈ ਇੰਟਰਸਟਿਡ ਨੇ ਉਹ ਇਹਨਾਂ ਜੌਬਸ ਦੇ ਲਈ ਅਪਲਾਈ ਕਰ ਸਕਦੇ ਨੇ ਇਹਨਾਂ ਨੇ ਇੰਟਰਵਿਊ ਦਾ ਟਾਈਮ ਵੀ ਜਿਹੜਾ ਉਹ ਰੱਖਿਆ ਹੋਇਆ ਸਵੇਰੇ 9 ਤੋਂ 12 ਵਜੇ ਤੱਕ ਸਕੂਲ ਕੈਂਪਸ ਦੇ ਵਿੱਚ ਤੁਸੀਂ ਆਪਣਾ ਸੀਵੀ ਲੈ ਕੇ ਅਪਡੇਟਡ ਰੈਜ਼ਿਊਮ ਲੈ ਕੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਜੀ ਇਸੇ ਗੇਂਜੇ ਕੁਝ ਕੁ ਜੌਬਸ ਡਿਸਟ੍ਰਿਕਟ ਮੁਹੱਲੀ ਦੇ ਵਿੱਚ ਉਮੀਦ ਦਾ ਵੀਡੀਓ ਜਿਹੜੀ ਹੋ ਤੁਹਾਨੂੰ ਪਸੰਦ ਆਏ ਹੋਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਜਿਹੜੀ ਉਹ ਬੇਰੋਜ਼ਗਾਰ ਵੀਰਾਂ ਤੱਕ ਜਰੂਰ ਪਹੁੰਚ ਸਕੇ ਤੇ ਉਸ ਤੋਂ ਇਲਾਵਾ ਕੋਈ ਸਵਾਲ ਹੈ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਪੁੱਛ ਲਿਆ ਕਰੋ ਹੋਰ ਵੀ ਸਾਨੂੰ ਦੱਸੋ ਵੀ ਕਿਸ ਟੌਪਿਕ ਦੇ ਉੱਤੇ ਅਸੀਂ ਵੀਡੀਓ ਜਿਹੜੀਆਂ ਤੁਹਾਡੇ ਲਈ ਜੌਬਸ ਦੇ ਰਿਗਾਰਡਿੰਗ ਬਣਾ ਸਕੀਏ ਆਪਣੇ ਕਮੈਂਟ ਵੈਲਿਊਏਬਲ ਕਮੈਂਟ ਜਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਨੂੰ ਦੱਸਿਓ ਠੀਕ ਹੈ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮੱਚ ਜੀ